ਪੁੱਛਿਆ ਵਾ ਮੌਲੀ ਸਾਹਿਬ ਪਠਾਣ ਹੈ ਇੱਥੇ ਕਦੀ ਆਏ ਵੀ ਨਹੀਂ ਇੱਕ ਅੱਧ ਵਾਰੀ ਮੇਰੀ ਮੁਲਾਕਾਤ ਉਹਨਾਂ ਕਿੱਦਾਂ ਹੀ ਕੀਤੀ ਉਹਨਾਂ ਦਾ ਮੈਸੇਜ ਆਇਆ ਕਿ ਮੌਲਾਨਾ ਸਾਹਿਬ ਮੇਰੀ ਆਦਤ ਹੈ ਮੈਂ ਰੋਜ਼ਾਨਾ 1 ਲੱਖ ਦਫ਼ਾ ਦਰੂਦ ਸ਼ਰੀਫ ਪੜ੍ਹਨਾ ਅਤੇ ਮੈਨੂੰ ਬਹੁਤ ਜ਼ਿਆਦਾ ਅੱਲਾ ਦੇ ਨਬੀ ਦਾ ਦੀਦਾਰ ਹੁੰਦਾ ਅਤੇ ਮੈਂ ਉਹਨੂੰ ਨਹੀਂ ਪਤਾ ਮੇਰੇ ਪੁੱਤਰ ਦਾ ਨਾਂ ਆਸਿਮ ਜਮੀਲ ਉਹਨੂੰ ਨਹੀਂ ਪਤਾ ਮੇਰਾ ਕੀ ਖਾਨਦਾਨੀ ਬੈਕਗਰਾਊਂਡ ਗਰੀਬ ਜਿਹਾ ਮੌਲੀ ਸਾਹਿਬ ਹੈ ਪੇਸ਼ਾਵਰ ਇਸ਼ਰਾਂ ਕਿਉਂਕਿ ਮੌਲਾਨਾ ਸਾਹਿਬ ਮੈਂ ਖਾਬ ਵੇਖਿਆ ਅੱਲਾ ਦੇ ਨਬੀ ਦੇ ਨਾਲ ਆਸਿਮ ਜਮੀਲ ਖਲੋਤਾ ਤਾਂ ਦਾ ਮੇਰੇ ਬਾਬਾ ਨੂੰ ਦੱਸਦੇ ਉਹ ਪਾਗਲ ਦੀ ਖਿਦਮਤ ਦੀ ਵਜ੍ਹਾ ਤੋਂ ਅੱਲਾ ਮੈਨੂੰ ਮਾਫ਼ ਕਰ ਮੇਰੇ ਸਾਰੇ ਗੁਨਾਹ ਮਾਫ਼ ਕਰ ਮੈਨੂੰ ਆਪਣਾ ਉਸ ਦੀਦਾਰ ਕਰਵਾ ਦਿੱਤੀ ਪਾਗਲ ਦੀ ਵਜ੍ਹਾ ਮੈਨੂੰ ਆਪਣਾ ਦੀਦਾਰ ਕਰਵਾ ਦਿੱਤੀ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇਸ ਉਮਰ 'ਚ ਹੁੰਦਾ ਬਾਬਾ ਮੈਨੂੰ ਪਰਾਡੋ ਲੈ ਦੇ ਮੈਨੂੰ ਲੈਂਡ ਕਰੂਜ਼ਰ ਲੈ ਦੇ ਮੈਨੂੰ ਇਹ ਲੈ ਦੇ ਬਾਬਾ ਮੈਂ ਯੂਰਪ ਜਾਵਣਾ ਮੈਂ ਅਮਰੀਕੇ ਜਾਵਣਾ ਬਾਬਾ ਮੈਂ ਅੱਲਾ ਨਾਲ ਮੁਲਾਕਾਤ ਕਰਨੀ ਮੈਂ ਮਰ ਜਾਵਾਂ ਤਾਂ ਮੈਨੂੰ ਮਿਲ ਸੀ ਮੈਂ ਕਿਹਾ ਯਾਰ ਸਾਨੂੰ ਤਾਂ ਨਾ ਮਾਰ ਸਾਨੂੰ ਤਾਂ ਨਾ ਮਾਰ ਮੇਰਾ ਬੱਚਾ ਹਾਰੇ ਲੇ ਮੈਂ ਅੱਲਾ ਨੂੰ ਮਿਲਣਾ ਹੈ ਮੈਂ ਉਹਦੇ ਨਾਲ ਗੱਲਾਂ ਕਰਨੀਆਂ ਢੇਰ ਸਾਰੀਆਂ ਗੱਲਾਂ ਕਰਨੀਆਂ ਉਹਦੇ ਲਾਡ ਆਇਆ ਨਾ ਆਪਣੇ ਰੱਬ ਨਾਲ ਮੈਂ ਇਹ ਗੱਲ ਵੀ ਕਰਨੀ ਹੈ ਯਾ ਅੱਲਾ ਤੂੰ ਮੇਰੇ ਨਬੀ ਨੂੰ ਵੀ ਤੂੰ ਦੁੱਖ ਕਿਉਂ ਦਿੱਤਾ ਕੱਲੇ ਖਵਾਬ ਆਇਆ ਕਿ ਆਸਿਮ ਜਮੀਲ ਨੇ ਆਖਿਆ ਹੁਣ ਕੋਈ ਪਤਾ ਕਿ ਕਿਸੇ ਉਸ ਪਾਗਲ ਦੀ ਖਿਦਮਤ ਕੀਤੀ ਹੈ 15 ਸਾਲ ਉਸ ਪਾਗਲ ਦੀ ਖਿਦਮਤ ਦੇ ਤੋਫੈਲ ਅੱਲਾ ਮੇਰੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਔਰ ਮੈਨੂੰ ਆਪਣਾ ਦੀਦਾਰ ਕਰਵਾ ਦਿੱਤੇ ਮਰ ਜਾਣਾ ਸਭਨੇ ਵਿੱਚ ਮੇਰੇ ਭਾਈਓ ਫਨਾ ਦੀ ਛੋ ਕੇ ਇਹੋ ਜਿਹੀਆਂ ਸਿਫਤਾਂ ਵਾਲੇ ਬੇਟੇ ਅੱਲਾ ਹਰ ਇੱਕ ਨੂੰ ਦੇਵੇ ਅਤੇ ਛਾਲਾ ਉਹ ਮੰਜੀ ਚਾਵਣ ਵਾਲਿਓ ਹੋਵਣ ਮੰਜੀ ਚਵਾਉਣ ਵਾਲੇ ਨਾ ਹੋਵਣ ਛਾਲਾ ਮੰਜੀ ਚਾਵਣ ਵਾਲੇ ਮੰਜੀ ਚਵਾਉਣ ਵਾਲੇ ਨਾ ਆਪਣੀ ਮਾਂ ਨੂੰ ਆਉਂਦਾ ਹੈ ਅੰਮਾ ਮੈਨੂੰ ਨਵੇਂ ਕੱਪੜਿਆਂ ਦਾ ਕਫਨ ਨਾ ਪਵਾਵੇ ਜਿਹੜੇ ਕੱਪੜੇ ਮੈਂ ਪਾਏ ਹੋਵਣ ਨਾ ਬਸ ਉਹਨਾਂ 'ਚ ਮੈਨੂੰ ਦਫਨਾ ਦੇਵੇ ਅਜੇ ਮੈਨੂੰ ਨਵੇਂ ਕੱਪੜਿਆਂ ਦੀ ਕੀ ਲੋੜ ਹੈ ਇਹ ਸਿੱਧੀਕ ਅਕਬਰ ਦਾ ਕੌਲ ਹੈ ਹੁਣ ਤਾਂ ਉਸ ਤਾਂ ਕੁਛ ਪੜ੍ਹਿਆ ਹੀ ਕੋਈ ਨਾ ਆਈ ਸਿਰਫ ਉਹ ਨਾ ਜਾਣਦਾ ਹੀ ਅਬੂ ਬਕਰ ਸਿੱਧੀਕ ਪੜ੍ਹਾਈ ਜੋ ਕੋਈ ਨਾ ਆਈ ਕੌਲ ਹੈ ਸਿੱਧੀਕ ਹੈ ਕਿ ਮੈਂ ਮਰ ਜਾਵਾਂ ਤਾਂ ਮੈਨੂੰ ਮੇਰੇ ਪੁਰਾਣੇ ਕੱਪੜਿਆਂ 'ਚ ਦਫਨ ਕਰ ਦੇਵੇ ਅਜੇ ਨਵੇਂ ਕੱਪੜਿਆਂ ਦੀ ਲੋੜ ਜੀਂਦਿਆਂ ਨੂੰ ਹੁੰਦੀ ਹੈ ਮੋਹਿਆਂ ਨੂੰ ਨਹੀਂ ਹੁੰਦੀ ਜਾਂ ਇਹ ਐਡੇ ਨਾਜ਼ੋ ਨਿਮਤ ਵਾਲੇ ਘਰ ਛੱਲਾ ਉਹਨੂੰ ਪੈਦਾ ਕੀਤਾ ਹਰ ਸੁੱਖ ਮੈਨੂੰ ਮੇਰੇ ਕੱਪੜਿਆਂ 'ਚ ਦਫਨ ਕਰੀ ਅੰਮਾ ਮੈਂ ਮਰਾਂ ਤਾਂ ਰੋਵੇਂ ਨਹੀਂ ਮੈਨੂੰ ਤਾਂ ਮੇਰੀ ਮੁਰਾਦ ਮਿਲਣੀ ਹੈ ਜੇ ਮੈਂ ਮਰ ਗਿਆ ਤਾਂ ਇਤਵਾਰ ਨੂੰ ਉਹਦਾ ਇੰਤਕਾਲ ਹੋਇਆ ਹਫ਼ਤੇ ਨੂੰ ਸੁਬਹਾ ਮੈਂ ਅਤੇ ਮੇਰੀ ਬੀਵੀ ਬੈਠਿਆ ਸੀ ਮੇਰੇ ਕੋਲ ਆ ਗਿਆ ਉਹਦਾ ਬਾਬਾ ਖਵਾਬ ਵਿੱਚ ਅੱਲਾ ਦੇ ਨਬੀ ਦੀ ਜ਼ਿਆਰਤ ਹੋਵੇ ਤਾਂ ਉਹੀ ਹੁੰਦੀ ਹੈ ਨਾ ਹੋਰ ਤਾਂ ਨਹੀਂ ਹੁੰਦੀ ਮੈਂ ਕਿਹਾ ਜੀ ਬੇਟਾ ਉਹੀ ਹੁੰਦੀ ਅੱਜ ਮੈਂ ਖਵਾਬ ਵੇਖਿਆ ਕਿ ਮੈਂ ਹਵਾ 'ਚ ਉੱਡ ਰਿਹਾ
ਇਹ ਸਾਹਮਣੇ ਮਸਜਿਦ ਵਿੱਚ ਆ ਗਿਆ ਅਤੇ ਤੁਸੀਂ ਮੁਸੱਲੇ 'ਤੇ ਖਲੇ ਹੋ ਨਮਾਜ਼ ਹੋਣ ਵਾਲੀ ਹੈ, ਤੁਸੀਂ ਆਉਂਦੇ ਹੋ ਆਸਿਮ ਨਮਾਜ਼ 'ਚ ਆ ਜਾ। ਮੈਂ ਨਾ ਬਾਬਾ ਮੈਂ ਫੌਤ ਹੋ ਗਿਆ, ਹੁਣ ਨਮਾਜ਼ ਮੇਰੇ ਉੱਤੇ ਫਰਜ਼ ਕੋਈ ਨਹੀਂ ਹੈ, ਅਤੇ ਨਾਲ ਹੀ ਸੀਨ ਬਦਲ ਜਾਂਦਾ ਹੈ ਅਤੇ ਜਿੱਥੇ ਮੈਂ ਖਲੋਤਾ ਹਾਂ ਉਸੇ ਮੁਸੱਲੇ 'ਤੇ ਅੱਲਾਹ ਦੇ ਨਬੀ ਪਿੱਛੋਂ ਗਾਓ ਤੱਕੇ ਨਾਲ ਟੇਕ ਲਾ ਕੇ ਐਂ ਬੈਠੇ ਹੋਏ ਔਰ ਫਰਮਾਇੰਦੇ ਨੇ ਆਸਿਮ ਤਾਂ ਹੁਣ ਫੌਤ ਹੋ ਕੇ ਸਾਡੇ ਕੋਲ ਆ ਗਿਆ, ਇਹਨੂੰ ਅੱਲਾਹ ਨਾਲ ਬੜਾ ਪਿਆਰ ਆਈ। ਆਪਣੇ ਨਾਲ ਸਾਹਬਾ ਬੈਠੇ ਨੇ, ਉਹਨਾਂ ਨੂੰ ਫਰਮਾਇੰਦੇ ਨੇ ਇਹ ਉਹ ਆਸਿਮ ਹੈ ਜਿਹੜਾ ਅੱਲਾਹ ਨਾਲ ਬੜਾ ਪਿਆਰ ਕਰਦਾ ਹੈ। ਹੁਣ ਵੇਖੋ ਅੱਲਾਹ ਇੰਨੇ ਨਾਲ ਮਿਲਦਾ ਹੈ ਕਿ ਨਹੀਂ ਮਿਲਦਾ। ਲਾਡ ਇਸ ਫਰਮਾਇਆ, ਅੱਗੋਂ ਆਸਿਮ ਆਉਂਦਾ ਜੀ ਮੈਂ ਆਖਿਆ ਯਾ ਰਸੂਲ ਅੱਲਾਹ ਕਿਉਂ ਨਹੀਂ ਮਿਲੇਗਾ, ਮੈਂ ਸਾਰੀ ਜ਼ਿੰਦਗੀ ਤੜਫਿਆ ਕਿ ਮੈਂ ਅੱਲਾਹ ਨੂੰ ਮਿਲਣਾ, ਮੈਨੂੰ ਮਿਲੇਗਾ। ਇਹ ਪਰਸੂ ਦਾ ਖਾਬ, ਉਹਦਾ ਖਾਬ ਸੁਣ ਕੇ ਮੈਂ ਤਾਂ ਵੜ ਗਿਆ ਜ਼ਮੀਨ ਇਸ ਸੁਣਾਇਆ। ਅਗਲੇ ਦਿਨ ਕਹਾਣੀ ਮੁੱਕ ਗਈ। ਅਸੀਂ ਪੁੱਤਰਾਂ ਨੂੰ ਕਮਾਊ ਬਣਾਈਨੇ ਹੈ ਕਿਸ ਜਾਇਦਾਦਾਂ ਵਧਾਵਣ, ਕਾਰੋਬਾਰ ਵਧਾਵਣ, ਉਹਨੂੰ ਦੁਨੀਆਂ ਦੀ ਪਰਵਾਹ ਹੀ ਕੋਈ।